ਅਸਲਾਮੁਅਲੈਕੁਮ ਜੀ ਸਾਰੇ ਭਰਾਵਾਂ ਨੂੰ ਜਨਾਬ ਇਹ ਵੀਡੀਓ ਬਹੁਤ ਸ਼ਾਰਟ ਹੈ ਤੇ ਮੈਂ ਜਾਣ ਕੇ ਇਹਦੇ ਤੇ ਥੰਬਨੇਲ ਜਿਹੜਾ ਨਾ ਘੋੜੇ ਦਾ ਲਾਉਂਦਾ ਪਿਆ ਤਾਂ ਕਿ ਤੁਸੀਂ ਮੇਰੀ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਨੂੰ ਵੇਖੋ ਤੇ ਮੈਂ ਇੱਕ ਸਨੈਪ ਵੀਡੀਓ ਬਣਾਦੇ ਨੇ ਉਹਦੇ ਉੱਤੇ ਮੈਂ ਆ ਗਿਆ ਹੁਣ ਮੈਨੂੰ ਤਾਂ ਨਾਂ ਵੀ ਆਉਂਦਾ ਨਹੀਂ ਆਉਂਦਾ ਪਿਆ ਉਹਦੇ ਤੇ ਮੈਂ ਆ ਗਿਆ ਮੈਨੂੰ ਫਾਲੋ ਕਰੋ ਤੇ ਉਹਦੇ ਤੇ ਤੁਸੀਂ ਮੈਨੂੰ ਫਾਲੋ ਕਰੋਗੇ ਤੇ ਇੱਕ ਮਿੰਟ ਦੀ ਇੱਕ ਵੀਡੀਓ ਬਣਦੀ ਹੈ ਤੇ ਮੇਰਾ ਇਹ ਖਿਆਲ ਹੈ ਕਿ ਮੈਂ ਮੰਡੀ ਦੇ ਵਿੱਚ ਜਾ ਕੇ ਘੋੜਿਆਂ ਦੀ ਮੰਡੀ ਦੇ ਵਿੱਚ ਜਾ ਕੇ ਇੱਕ ਮਿੰਟ ਦੀ ਵੀਡੀਓ ਬਣਾਇਆ ਕਰਾਂ ਤੁਹਾਡੇ ਵਾਸਤੇ ਉਸੇ ਵਕਤ ਤੁਸੀਂ ਬੰਦੇ ਨੂੰ ਕਾਲ ਕਰੋ ਤੇ ਇਨਸ਼ਾਅੱਲਾ ਫਾਇਦਾ ਲਵੋ ਔਰ ਉਹਨਾਂ ਨੂੰ ਕਾਲ ਕਰੋ ਤੁਸੀਂ ਔਰ ਇਹਦਾ ਸਨੈਪ ਵੀਡੀਓ ਦੇ ਉੱਤੇ ਆਉਣ ਦਾ ਮੇਰੇ ਤੇ ਆਉਣ ਦਾ ਕੀ ਤਰੀਕੇਕਾਰ ਹੈ ਉਹ ਮੁੰਡਾ ਤੁਹਾਨੂੰ ਦੱਸਦਾ ਹੈ ਮੈਨੂੰ ਤਾਂ ਇੰਨਾ ਪਤਾ ਨਹੀਂ ਹੈਗਾ ਉਹ ਤੁਹਾਨੂੰ ਦੱਸੇਗਾ ਕਿਵੇਂ ਕਿਵੇਂ ਕੋਡ ਕਰਕੇ ਕਿਵੇਂ ਕਿਵੇਂ ਮਿਲਾ ਕੇ ਤੁਸੀਂ ਮੇਰੇ ਤੇ ਆਉਣਾ ਤੇ ਮੈਨੂੰ ਫਾਲੋ ਕਰੋ 500 ਫਾਲੋਅਰ ਤੋਂ ਬਾਅਦ ਮੈਂ ਲਾਈਵ ਵੀ ਆਇਆ ਕਰਾਂਗਾ ਉੱਥੇ ਤੇ ਇਹਦਾ ਭਰਪੂਰ ਫਾਇਦਾ ਚੁੱਕੋ ਇਹ ਮੈਂ ਤੁਹਾਡੇ ਵਾਸਤੇ ਸਿਰਫ ਬਣਾਦਾ ਪਿਆ ਜੀ ਹਕੀਕਤ ਜਾਣ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਮੇਰਾ ਵੀਰ ਤੁਸੀਂ ਵੇਖਣਾ ਬਾਬੇ ਦੀ ਵੀਡੀਓ ਸਮਝ ਕੇ 800-900 ਨਾ ਵੇਖਿਆ ਜੀ 30,000 ਹੀ ਪੂਰੀ ਤੁਸੀਂ ਵੇਖਣੀ ਇਹਦੇ ਵਿੱਚ ਜਿਹੜਾ ਕੋਡ ਇੱਕ ਲੱਗਦਾ ਹੁੰਦਾ ਸਨੈਪ ਵੀਡੀਓ ਦੇ ਵਿੱਚ ਕੋਡ ਵੀ ਲੱਗਦਾ ਉਹ ਕੋਡ ਜੇਕਰ ਤੁਸੀਂ ਲਾਵੋਗੇ ਨਾ ਤੇ ਉਹਦੇ ਨਾਲ ਮੈਨੂੰ ਫਾਇਦਾ ਇਹ ਹੋਵੇਗਾ ਕਿ ਮੈਨੂੰ ਥੋੜੀ ਜਿਹੀ ਅਰਨਿੰਗ ਵੀ ਹੁੰਦੀ ਹੋਵੇਗੀ ਕੋਈ ਥੋੜੇ ਬਹੁਤੇ ਕੋਈ ਪੈਸੇ ਵੀ ਕੋਈ ਆਉਣੇ ਸ਼ੁਰੂ ਹੋ ਜਾਣਗੇ ਜਿਹਦੇ ਨਾਲ ਮੇਰਾ ਹੱਥ ਜਿਹੜਾ ਨਾ ਉਹ ਖੁੱਲਾ ਹੋ ਜਾਏਗਾ ਜਦੋਂ ਕੋਈ ਮੈਂ ਕੋਈ ਗੱਲ ਖੁਸ਼ੀਦਾ ਨਹੀਂ ਕਰਦਾ ਪਿਆ ਤੁਹਾਡੇ ਨਾਲ ਕਰਦਾ ਪਿਆ ਇਹਦੇ ਵਿੱਚ ਮੇਰਾ ਵੀ ਫਾਇਦਾ ਤੇ ਤੁਹਾਡਾ ਵੀ ਫਾਇਦਾ ਮੇਰੇ ਵੀਰੋ ਤੇ ਲਿਹਾਜ਼ਾ ਜਿਹੜਾ ਨਾ ਮੈਨੂੰ ਜੁਆਇਨ ਕਰੋ ਤੇ ਕੋਡ ਜ਼ਰੂਰ ਤੁਸੀਂ ਲਾਉਣਾ ਤਾਂ ਕਿ ਤੁਸੀਂ ਮੇਰੇ ਤੱਕ ਪਹੁੰਚੋ ਇਸ ਦੇ ਜ਼ਰੀਏ ਜ਼ਰਾ ਮੇਰਾ ਹੋ ਜਾਵੇ ਹੱਥ ਖੁੱਲਾ ਹੋ ਜਾਵੇ ਤੇ ਮੈਂ ਬਿਹਤਰ ਤੋਂ ਬਿਹਤਰ ਅੰਦਾਜ਼ ਦੇ ਵਿੱਚ ਤੁਹਾਡੀ ਖਿਦਮਤ ਕਰ ਸਕਾਂ ਅੱਲਾਹ ਹਾਫਿਜ਼ ਮਾਨ ਜੀ ਅਸਲਾਮ ਵਾਲੇਕੁਮ ਜੀ ਮੇਰਾ ਨਾਮ ਮੁਹੰਮਦ ਉਮਰ ਤੇ ਮੈਂ ਬਾਬਾ ਨਵਾਜ਼ ਦਾ ਛੋਟਾ ਭਾਈ ਗੱਲ ਕਰ ਰਿਹਾ ਵਾਂ ਤੇ ਤਰੀਕੇਕਾਰ ਜਿਹੜਾ ਹੈਗਾ ਜੇ ਤਰੀਕੇਕਾਰ ਇਹ ਤਰੀਕੇਕਾਰ ਚੱਲਦਾ ਪਿਆ ਤੇ ਇਹ ਜਿਹੜਾ ਇਹਨਾਂ ਦਾ ਹੈਗਾ ਜੇ ਇਹ ਇਨਵੀਟੇਸ਼ਨ ਕੋਡ ਇਹਨੂੰ ਤੁਸੀਂ ਐਜ਼ ਏ ਟਿਕਟੋਕ ਵੀ ਚਲਾ ਸਕਦੇ ਜੇ ਤੇ ਜਿਹੜੀ ਬਾਬਾ ਨਵਾਜ਼ ਦੀ ਪ੍ਰੋਫਾਈਲ ਪੀ ਕੇ ਉਹਦੀ ਅਗਰ ਤੁਸੀਂ ਉਹਨੂੰ ਫੋਲੋ ਕਰਨਾ ਚਾਹੁੰਦੇ ਜੇ ਤੇ ਉਹਦਾ ਲਿੰਕ ਜਿਹੜਾ ਹੈਗਾ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦੇ ਤੇ ਤੁਸੀਂ ਕਲਿੱਕ ਕਰੋਗੇ ਤੇ ਇਨਸ਼ਾਅੱਲਾ ਤੁਸੀਂ ਉਹਨਾਂ ਦੀ ਪ੍ਰੋਫਾਈਲ ਤੇ ਚਲੇ ਜਾਓਗੇ ਤੁਸੀਂ ਉਹਨੂੰ ਫੋਲੋ ਵੀ ਕਰ ਦਿਆ ਜੇ ਤੇ ਕਮੈਂਟ ਇੱਕ ਵੀਡੀਓ ਦੇ ਉੱਤੇ ਜ਼ਰੂਰ ਕਰ ਦਿਆ ਜੇ ਬਾਬਾ ਨਵਾਜ਼ ਯਾਨੀ ਕਿ ਸਾਨੂੰ ਪਤਾ ਲੱਗ ਜਾਵੇ ਕਿ ਤੁਸੀਂ ਸਾਡੇ ਯੂਟਿਊਬ ਦੀ ਤਰਫੋਂ ਆਡੀਅੰਸ ਆਈ ਹੈ ਤੇ ਇਹ ਮੇਰਾ ਛੋਟਾ ਜਿਹਾ ਮੈਸੇਜ ਹੈਗਾ ਸੀ ਤੇ ਬਾਬਾ ਨਵਾਜ਼ ਦਾ ਛੋਟਾ ਜਿਹਾ ਮੈਸੇਜ ਹੈਗਾ ਸੀ ਤੇ ਤਰੀਕੇਕਾਰ ਜਿਹੜਾ ਹੈਗਾ ਜੇ ਇਹਨਾਂ ਦਾ ਜਿਹੜਾ ਬਿਲਟ ਨੰਬਰ ਹੈਗਾ ਇਹ ਕਾਪੀ ਕਰਕੇ ਤੇ ਬਿਲਟ ਦੇ ਵਿੱਚ ਤੁਸੀਂ ਕਾਪੀ ਕਰਕੇ ਤੇ ਬਿਲਟ ਕਰ ਦੇਣਾ ਤੇ ਨੋਟੀਫਿਕੇਸ਼ਨ ਸਾਨੂੰ ਆ ਜਾਏਗਾ ਕਿ ਤੁਸੀਂ ਆ ਗਏ ਜੇ ਮਿਹਰਬਾਨੀ ਬਹੁਤ ਸ਼ੁਕਰੀਆ